ਇਹ ਸਾਡੇ ਯੂਨੀਵਰਸਿਟੀ ਦਾ ਬੜਾ ਅੱਛਾ ਕਾਲਜ ਹੈ ਜੀ, ਅਤੇ ਸਾਡੇ ਵਿੱਚ ਬੜੇ ਥੋੜ੍ਹੇ ਕਾਲਜ ਨੇ ਜਿਨ੍ਹਾਂ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਹੈ, ਜਿਨ੍ਹਾਂ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਹੋ ਰਹੀ ਹੈ। ਇਸ ਕਾਲਜ ਦੀ ਜਿਹੜੀ ਡਿਸਟਿੰਕਸ਼ਨ ਹੈ, ਮੈਂ ਉਦੋਂ ਵੀ ਕਿਹਾ ਸੀ ਕਿ ਇਹਨਾਂ ਦੇ ਕੋਲ ਆਪਣਾ ਟੀਚਿੰਗ ਲਈ ਆਪਣਾ ਹੋਸਪਿਟਲ, ਸੋ ਬਹੁਤ ਅੱਛੀ ਗੱਲ ਹੈ। ਮੈਨੂੰ ਬੜੀ ਖੁਸ਼ੀ ਹੈ ਕਿ ਇਹ ਜਿਹੜਾ ਆਪਣਾ ਜਿਹੜਾ ਹੋਸਪਿਟਲ ਹੈ ਹੋਰ ਅਪਗ੍ਰੇਡ ਕਰ ਰਹੇ ਨੇ। ਮੈਂ ਚਾਹਾਂਗਾ ਕਿ ਜਲਦੀ ਤੋਂ ਜਲਦੀ ਆਪਣਾ ਹੋਸਪਿਟਲ 500 ਬੈੱਡ ਦਾ ਕਰਕੇ ਇੱਕ ਮੈਡੀਕਲ ਕਾਲਜ ਸ਼ੁਰੂ ਕਰਨ। ਸੋ ਇਹ ਵਿਸ਼ ਤਾਂ ਮੇਰੀ ਯੂਨੀਵਰਸਿਟੀ ਵੱਲੋਂ ਜਿਹੜੀ ਸਿੱਖਿਆ ਉਹਦੇ ਪ੍ਰਸਾਰ ਲਈ ਕੀ ਉਪਰਾਲੇ ਕੀਤੇ ਜਾ ਰਹੇ? ਯੂਨੀਵਰਸਿਟੀ ਦੀ ਸਿੱਖਿਆ, ਪਹਿਲੀ ਗੱਲ ਤਾਂ ਇਹ ਕਿ ਅਸੀਂ ਜਿਹੜੀ ਆਪਣੀ ਡੈਫੀਸ਼ੀਐਂਸੀ ਸੀ ਉਹਨਾਂ ਨੂੰ ਪੂਰਾ ਕਰ ਰਹੇ ਹਾਂ ਸਾਰੇ ਕਾਲਜਾਂ ਤੋਂ। ਸਾਡੇ ਸਾਰੇ ਕਾਲਜ ਨੇ ਜਿਹੜੇ ਅਤੇ ਉਹਦੇ ਵਾਸਤੇ ਇਹ ਕਹਿੰਦੇ ਆ ਕਿ ਅਸੀਂ 29% ਪਾਪੂਲੇਸ਼ਨ ਦੇ ਅਨੁਸਾਰ, ਜਦਕਿ ਹੁਣ 33% ਪਾਪੂਲੇਸ਼ਨ ਹੋ ਗਈ ਹੈ। ਇਹ ਇਹਨਾਂ ਨੇ ਪਿਛਲੇ ਸਾਲਾਂ 'ਚ 29% ਇਹ ਸ਼ੋਅ ਕੀਤਾ ਹੈ ਕਿ 29% ਅਸੀਂ ਟੋਟਲ ਬਜਟ ਦਾ ਹਿੱਸਾ ਇਹਨਾਂ ਵਾਸਤੇ ਰੱਖਿਆ। ਉਹਦੇ ਵਾਸਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਖਰਚ ਕਿੰਨਾ ਕੀਤਾ ਸਾਲ 'ਚ ਤੁਸੀਂ, ਫਿਰ ਉਹ ਕਹਿੰਦੇ ਜੀ ਅਸੀਂ 13% ਉਹ 'ਚੋਂ ਖਰਚ ਕੀਤਾ ਹੈ ਇਸ ਸਾਲ 'ਚ। ਅਤੇ ਮੈਂ ਕਿਹਾ 13% ਜਿਹੜਾ ਤੁਸੀਂ ਖਰਚ ਕੀਤਾ ਉਹਦੇ ਵਿੱਚ ਡਾਇਰੈਕਟ ਸ਼ਡਿਊਲ ਕਾਸਟ ਨੂੰ ਸਿੱਧੇ ਬੈਨੀਫਿਟ ਵਾਲੀਆਂ ਸਕੀਮਾਂ 'ਤੇ ਕਿੰਨਾ ਪੈਸਾ ਖਰਚ ਕੀਤਾ, ਕਿੰਨੇ ਪਰਸੈਂਟ? ਉਹ ਕਹਿੰਦੇ 3%। ਇਹਦਾ ਮਤਲਬ ਇਹ ਹੋਏਗਾ ਕਿ 3% ਸਿਰਫ ਇਹ ਸਕੀਮਾਂ ਦੇ ਉੱਪਰ ਪੈਸਾ ਖਰਚ ਹੋਇਆ। ਪੰਜਾਬ ਵਿਸਫੋਟਕ ਸਥਿਤੀ ਦੇ ਵਿੱਚ ਹੈ। ਇੱਥੇ ਸ਼ਡਿਊਲ ਕਾਸਟ ਦੇ ਪ੍ਰਤੀ ਇਹਨਾਂ ਪੰਜਾਬ ਸਰਕਾਰ ਦੀ ਕੋਈ ਸਕੀਮ ਨਹੀਂ। ਸਕੋਲਰਸ਼ਿਪ ਦੇ ਮਾਮਲੇ ਅੰਦਰ ਫੇਲ ਹੈ। ਅਗਰ ਪਹਿਲੀ ਦਫ਼ਾ ਮੈਂ ਇਹਦਾ ਕਿਹਾ ਇਹਨਾਂ ਨੂੰ ਕਿ ਤੁਸੀਂ ਪੈਸਾ ਖਾ ਜਾਂਦੇ ਹੋ ਬੱਚਿਆਂ ਦਾ, ਵਜ਼ੀਫਿਆਂ ਦਾ, ਸਕੋਲਰਸ਼ਿਪ ਦਾ ਪੈਸਾ ਸਰਕਾਰ ਦੂਜੇ ਕੰਮਾਂ 'ਚ ਖਰਚ ਕਰ ਰਹੀ ਹੈ, ਅਤੇ ਮੈਂ ਇਹਨਾਂ ਨੂੰ ਕਿਹਾ ਕਿ ਬੱਚਿਆਂ ਦੇ ਅਕਾਊਂਟ ਖੁਲਵਾ ਦਿਓ, ਏਟੀਐਮ ਕਾਰਡ ਲੈ ਦਿਓ ਬੱਚਿਆਂ ਦੇ। ਹੁਣ ਸਿੱਧਾ ਜਿਹੜਾ ਔਨਲਾਈਨ ਬੱਚਿਆਂ ਦੇ ਅਕਾਊਂਟ ਦੇ ਅੰਦਰ ਪੈਸਾ ਜਿਹੜਾ ਹੈ, ਉਹ ਪੈਸਾ ਬੱਚਿਆਂ ਦੇ ਔਨਲਾਈਨ ਅਕਾਊਂਟ ਦੇ ਵਿੱਚ ਪੈਸਾ ਪਾ ਰਹੇ। ਉਹਦੇ ਵਾਸਤੇ ਪੰਜਾਬ ਸਰਕਾਰ ਨੂੰ ਓਬਜੈਕਸ਼ਨ ਹੈ। ਲੇਕਿਨ ਮੈਂ ਇਹ ਗੱਲ ਕਹਿੰਦਾ ਕਿ ਕਦ ਤੱਕ ਇਹ ਬਰਦਾਸ਼ਤ ਹੋਏ? ਲੇਕਿਨ ਉਹਦੇ ਵਾਸਤੇ ਬਿਲਕੁਲ ਸਾਨੂੰ ਪਰਵਾਹ ਨਹੀਂ। ਅਸੀਂ ਜਿੰਨੇ ਵੀ ਸਬਸਿਡੀਜ਼ ਦੇ ਪੈਸੇ, ਚਾਹੇ ਉਹ ਗੈਸ ਦੀ ਸਬਸਿਡੀ ਹੈ ਲੋਕਾਂ ਦੇ ਸਿੱਧੇ ਆਧਾਰ ਕਾਰਡ ਦੇ ਤਹਿਤ ਉਹ ਲੋਕਾਂ ਦੇ ਅਕਾਊਂਟ 'ਚ ਪਾਵਾਂਗੇ, ਸਕੋਲਰਸ਼ਿਪ ਦਾ ਪੈਸਾ ਇਹਦੇ ਬੱਚਿਆਂ ਦੇ ਸਿੱਧੇ ਅਕਾਊਂਟ 'ਚ ਪਾਵਾਂਗੇ, ਤਾਂ ਕਿ ਬੱਚਿਆਂ ਦਾ ਪੈਸਾ ਲੋਕਾਂ ਦੇ ਤੱਕ ਪਹੁੰਚ ਸਕੇ, ਤਾਂ ਕਿ ਉਹ ਬੱਚਾ ਟਾਈਮ ਸਿਰ ਜੇਕਰ ਆਪਣੀ ਕੋਈ ਬੁੱਕਸ ਖਰੀਦਣਾ ਚਾਹੁੰਦਾ ਹੈ, ਆਪਣਾ ਕੋਈ ਕੰਟੀਨ ਦਾ ਪੈਸਾ ਬਿੱਲ ਦੇਣਾ ਚਾਹੁੰਦਾ ਹੈ, ਜਾਂ ਕੋਈ ਖਰਚ ਕਰਨਾ ਚਾਹੁੰਦਾ ਹੈ, ਜਾਂ ਆਪਣੀ ਸ਼ਰਟ ਜਾਂ ਪੈਂਟ ਲੈਣਾ ਚਾਹੁੰਦਾ ਹੈ, ਉਹ ਜਿਹੜਾ ਬੱਚਾ ਆਪਣੇ ਵਾਸ ਆਪਣੇ ਉੱਪਰ ਉਹ ਪੈਸੇ ਨੂੰ ਖਰਚ ਕਰ ਸਕੇ। ਸਰ ਅਨਦਰ ਕੁਐਸਚਨ, ਉਹ ਇਸ ਕੰਪਲੇਂਟ ਬਹੁਤ ਸਾਰੀਆਂ ਆਈਆਂ, ਇਸ ਕੰਪਲੇਂਟ ਦਾ ਵਾਸਤੇ ਮੈਂ ਸ਼ੋਅ ਮੋਟਰ ਡਿਪਾਰਟਮੈਂਟ ਤਲਬ ਕੀਤਾ। ਇਸ ਕੇਸ ਨੂੰ ਹਾਈ ਕੋਰਟ ਨੇ ਵੀ ਰਿਵਿਊ ਕੀਤਾ, ਹਾਈ ਕੋਰਟ ਨੇ ਵੀ ਦੇਖਿਆ, ਉਹਦੇ ਅੰਦਰ ਫੈਸਲਾ ਹੋ ਗਿਆ ਕਿ ਜਿਹੜੀਆਂ ਵੀ ਪੰਚਾਇਤਾਂ 70% ਤੋਂ ਜ਼ਿਆਦਾ 80% ਦੇ ਤਕਰੀਬ ਪੰਚਾਇਤ ਦੇ ਵਿੱਚ ਪਾਪੂਲੇਸ਼ਨ ਸ਼ੁਰੂ ਕਰਦੀ ਹੈ, ਉਹ ਸਿੱਧੇ ਤੌਰ ਦੇ ਉੱਪਰ ਨਜ਼ਰ ਰਹੇ ਜਿੱਥੇ ਜਨਰਲ 80% ਜਿੱਥੇ ਪਾਪੂਲੇਸ਼ਨ ਸ਼ਡਿਊਲ ਕਾਸਟ ਦੀ ਹੈ ਉਹ ਕਦੀ ਜਨਰਲ ਨਹੀਂ ਹੋ ਸਕਦਾ। ਜਿੱਥੇ 80% ਜਨਰਲ ਦੀ ਆਬਾਦੀ ਹੈ ਉਹ ਕਦੀ ਰਿਜ਼ਰਵ ਨਹੀਂ ਹੋ ਸਕਦਾ। ਇਹ ਗਾਈਡਲਾਈਨਸ ਦਿੱਤੀਆਂ ਗਈਆਂ, ਇਹ ਹਾਈ ਕੋਰਟ ਦੀਆਂ ਵੀ ਗਾਈਡਲਾਈਨ ਹੈ, ਇਹ ਸਾਡੇ ਕਮਿਸ਼ਨ ਦੀ ਵੀ ਗਾਈਡਲਾਈਨਸ ਹੈਗੀਆਂ। ਉਹਦੇ ਵਾਸਤੇ ਫਿਰ ਹੁਣ ਬਾਉਂਡਰੀ ਇੱਕ ਤੈਅ ਕਰ ਦਿੱਤੀ ਵੀ ਜਿੱਥੇ 80% ਜਨਰਲ ਹੈ ਉਹ ਜਨਰਲ ਰਹੇਗਾ ਹਮੇਸ਼ਾ ਲਈ, ਜਿੱਥੇ 80% ਰਿਜ਼ਰਵ ਦੇ ਲੋਕ ਰਹਿੰਦੇ ਉਹ ਹਮੇਸ਼ਾ ਲਈ ਰਿਜ਼ਰਵ ਰਹੇਗਾ। ਦੂਸਰਾ ਇਹ ਫੈਸਲਾ ਕੀਤਾ ਕਿ ਫਿਰ ਉਹਦੇ ਵਾਸਤੇ ਤੁਸੀਂ ਇੱਕ ਤੈਅ ਕਰ ਬਾਉਂਡਰੀ ਕਿ 60% ਜਿੱਥੇ ਆਬਾਦੀ ਹੈ ਉਹਨਾਂ ਨੂੰ ਫਿਰ ਰੋਸਟਰ ਵਾਈਜ਼ ਰਿਜ਼ਰਵ ਕਰ। ਇਹ ਆਲਰੇਡੀ ਗਾਈਡਲਾਈਨ ਜਾ ਚੁੱਕੀ ਹੈ, ਹੁਣ ਹੋ ਗਿਆ ਬਲੈਕ ਬੋਰਡ ਦੇ ਅੰਦਰ, ਬਾਅਦ ਉਹ ਰੋਸਟਰ ਲਗਾ, ਉਹ ਸਾਰੀਆਂ ਉਹਨੂੰ ਪਬਲਾਈਜ਼ ਕਰਨ ਲੱਗੇ ਹੈ, ਉਹ ਸਾਰੇ ਡਿਸਟ੍ਰਿਕਟਾਂ ਹੈੱਡਕੁਆਰਟਰ ਦੇ ਵਿੱਚ ਇਹ ਸਾਰੀਆਂ ਪੰਚਾਇਤਾਂ ਦਾ ਰੋਸਟਰ ਜਿਹੜਾ ਬਾਹਰ ਲੱਗ ਜਾ। ਕੇਂਦਰ ਸਰਕਾਰ ਵੱਲੋਂ ਜਿਹੜਾ ਪੈਸਾ ਭੇਜਿਆ ਜਾਂਦਾ ਪੰਜਾਬ ਸਰਕਾਰ ਨੂੰ, ਉਹ ਕਿੰਨਾ ਲੈਪਸ ਹੋਇਆ?
ਇਹ ਜਿਹੜਾ ਪੈਸਾ ਜਿੰਨਾ ਵੀ ਭੇਜਿਆ ਗਿਆ ਆ ਇਹਨਾਂ ਨੇ ਕਦੇ ਖਰਚ ਹੀ ਨਹੀਂ ਕੀਤਾ, ਪੂਰਾ ਕਿਸੇ ਵੀ ਸਾਲ ਖਰਚ ਨਹੀਂ ਕੀਤਾ। ਜੇ ਖਰਚ ਕੀਤਾ ਤਾਂ ਦੂਸਰੀਆਂ ਸਕੀਮਾਂ 'ਚ ਖਰਚ ਕੀਤਾ। ਅੱਜ ਦੀ ਤਰੀਕ ਦੇ ਵਿੱਚ 5,000 ਕਰੋੜ ਰੁਪਇਆ ਇਹਨਾਂ ਨੇ ਜਿਹੜਾ SC ਸਬ ਪਲੈਨ ਦਾ ਪੈਸਾ ਸੀ, ਸਕੂਲ ਦਾ ਸਬ ਪਲੈਨ ਦਾ ਪੈਸਾ, ਉਹ ਜਨਰਲ ਸਕੀਮਾਂ 'ਚ ਖਰਚ ਕੀਤਾ ਉਹਨੇ। ਜਦੋਂ ਮੈਂ ਉਹਨਾਂ ਨੂੰ ਕਹਿੰਦਾ ਹੈ ਕਿ ਬਈ ਇਹ ਪੈਸਾ ਕੱਟ ਚੱਕ ਕੇ ਇਹ ਉਸੇ ਸਕੀਮਾਂ 'ਚ ਵਾਪਸ ਉਸ ਹੈੱਡ ਦੇ ਵਿੱਚ ਵਾਪਸ ਦਿਓ ਤਾਂ ਕਿ ਇਹ ਉੱਥੇ ਜਾ ਸਕੇ। ਦੂਸਰਾ ਇਹਨਾਂ ਨੂੰ ਮੈਂ ਕਿਹਾ ਕਿ ਜਿਹੜਾ ਪੈਸਾ ਤੁਸੀਂ ਲੈਂਦੇ ਹੋ, ਪੈਸਾ ਲੈਣ ਲੱਗਿਆ ਉਹਨੂੰ ਮਿਨਿਸਟਰੀ ਆਫ ਫਾਈਨਾਂਸ ਜਿਹੜੀ ਹੈ ਉਹ ਖਜ਼ਾਨੇ ਦੇ ਵਿੱਚ ਜਮ੍ਹਾਂ ਕਰ ਦਿੰਦੇ। ਮੈਂ ਉਹਨਾਂ ਨੂੰ ਕਿਹਾ ਉਹਨੂੰ ਖਜ਼ਾਨੇ 'ਚ ਨਹੀਂ ਜਮ੍ਹਾਂ ਕਰੋ, ਔਰ ਵੈਲਫੇਅਰ ਡਿਪਾਰਟਮੈਂਟ ਨੂੰ ਸਿੱਧੇ ਤੌਰ 'ਤੇ ਪੈਸਾ ਜਾਣਾ ਚਾਹੀਦਾ, ਜਿਹੜੇ ਉਹਨਾਂ ਦੇ ਸਕੀਮਾਂ ਦਾ ਪੈਸਾ ਜਿਸ ਡਿਪਾਰਟਮੈਂਟ ਦੇ ਹੈੱਡ ਲਈ ਪੈਸਾ ਹੈ ਉਸ ਦੇ ਹੈੱਡ ਸਿੱਧੇ ਤੌਰ 'ਤੇ ਜਾਏ ਅਤੇ ਉੱਥੋਂ ਹੀ ਡਿਸਟ੍ਰੀਬਿਊਟ ਹੋ ਜਾਣਾ ਚਾਹੀਦਾ। ਲੇਕਿਨ ਇਹ ਪੈਸੇ ਨੇ ਪੂਲ 'ਚ ਪਾ ਦਿੰਦੇ ਆ, ਜਨਰਲ ਫਾਈਨਾਂਸ ਦੇ ਪੂਲ 'ਚ ਪਾ ਲੈਂਦੇ ਆ ਅਤੇ ਉੱਥੋਂ ਥੋੜ੍ਹਾ ਥੋੜ੍ਹਾ ਕੱਢਦੇ ਆ, ਕਦੀ ਕੱਢਦੇ ਆ ਕਦੀ ਨਹੀਂ ਕੱਢਦੇ, ਇਹ ਪ੍ਰੋਬਲਮ। In 1992, in Punjab, to standardize the medical education, and then I remember our honorable late Chief Minister assured to start this. Present Vice Chancellor Dr. Gill, high education to the students. Being chairperson of this foundation, ਕਨਵੋਕੇਸ਼ਨ 'ਤੇ ਆਏ ਹੋ ਜੀ?